ਹਾਂਜੀ, ਅੱਜ ਕਾਫੀ ਭਾਰਤ ਦੇ ਅੰਦਰ ਉਸ ਵੇਲੇ ਖੁਸ਼ੀ ਦਾ ਮਾਹੌਲ, ਹਿੰਦੂ ਤਵੀਆਂ ਵਿੱਚ ਲੱਡੂ ਵੰਡਣ ਵਰਗੀ ਗੱਲ ਜਿਹੜੀ ਹੋ ਗਈ ਜਦੋਂ ਪਾਕਿਸਤਾਨ ਤੋਂ ਇੱਕ ਵੀਡੀਓ ਕਲਿੱਪ ਜਿਹੜੀ ਆ ਉਹ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਹੈ, ਜਿਹਦੇ ਵਿੱਚ ਇੱਕ ਮੋਟਾ ਜਿਹਾ ਵਿਅਕਤੀ ਸਿੱਖੋ ਮੈਂ ਆ ਰਿਹਾ ਅਤੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਬਾਹਰ ਵੀ ਕਾਫੀ ਹੁੱਲੜਬਾਜ਼ੀ ਹੋਈ ਆ ਅਤੇ ਆਖਿਆ ਕਿ ਅਸੀਂ ਸ਼ਹਿਰ ਦੇ ਨਾਂ ਬਦਲਾਂਗੇ। ਮੇਰੇ ਖਿਆਲ ਦੇ ਵਿੱਚ ਸਾਨੂੰ ਸਮਝ ਲੈਣਾ ਚਾਹੀਦਾ ਕਿ ਪਹਿਲੀ ਤਾਂ ਗੱਲ ਇਹ ਕਿ ਆਪਣੇ ਘਰ ਤੋਂ ਬਿਨਾਂ ਤਾਂ ਠੋਕਰਾਂ ਹੀ ਨੇ, ਜਿੱਥੇ ਸਾਡੀ ਇੰਨੀ ਵਿਰਾਸਤ, ਸਾਡਾ ਇੰਨਾ ਕੁਝ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇੱਕ ਤਰ੍ਹਾਂ ਦਾ, ਅੱਜ ਮੈਂ ਲਫ਼ਜ਼ ਵਰਤ ਲਵਾਂ, ਖਿਲ ਰਿਹਾ ਪਿਆ, ਜਿਹਨੂੰ ਮੌਜੂਦਾ ਹਕੂਮਤਾਂ ਜਦੋਂ ਉਹ ਭਾਰਤੀਆਂ ਦੇ ਹੱਥ ਲੱਗਦਾ ਅਤੇ ਉੱਥੇ ਗੁਰਦੁਆਰਾ ਡਾਂਗ ਮਾਰ ਢਾਹ ਦਿੱਤਾ ਜਾਂਦਾ ਜਾਂ ਮੰਗੂ ਮੱਠ ਸਾਹਿਬ ਢਾਹ ਦਿੱਤਾ ਜਾਂਦਾ, ਕਦੇ ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹ ਦਿੱਤੇ ਜਾਂਦੇ ਆ, ਕਦੇ ਪਾਕਿਸਤਾਨ ਦੇ ਵਿੱਚੋਂ ਖਬਰ ਆ ਜਾਂਦੀ ਆ ਕੋਈ ਸਿੱਖਾਂ ਦੀ ਧੀ ਕਿਸੇ ਇਹੋ ਜਿਹੇ ਹੀ ਸਿਰ ਫਿਰੇ ਉਧਾਰ ਲੈਂਦੇ ਆ ਅਤੇ ਫਿਰ ਉਹਦੇ ਲਈ ਜੱਦੋਜਹਿਦ ਚੱਲਦੀ ਆ, ਉਹਦਾ ਸਵਾਦ ਜਿਹੜਾ ਆ ਉਹ ਹਿੰਦੁਸਤਾਨੀ ਮੀਡੀਆ ਲੈਂਦਾ, ਹਿੰਦੂ ਤਵੀ ਲੈਂਦੇ ਨੇ। ਅਤੇ ਫਿਰ ਇਸੇ ਤਰ੍ਹਾਂ ਅੱਜ ਦੀ ਜਿਹੜੀ ਇਹ ਖਬਰ ਆ ਉਹ ਵੀ ਬੜੇ ਭਾਰਤ ਵਿੱਚ ਬੜੇ ਸਵਾਦ ਦੇ ਨਾਲ ਸਾਰੇ ਮੀਡੀਏ ਦੇ ਵਿੱਚ ਜਿਹੜੀ ਆ ਉਹ ਅੱਜ ਚੱਲੂਗੀ। ਅਤੇ ਮੇਰੇ ਲਈ ਤਾਂ ਇਹ ਅਫਸੋਸ ਦੀ ਗੱਲ ਮੇਰੀ ਕੌਮ ਦੇ ਲਈ ਆ ਕਿ ਅਸੀਂ ਆਪਣਾ ਆਪ ਨਹੀਂ ਸਾਂਭਿਆ, ਕਿੱਥੇ ਤੱਕ ਸਾਡਾ ਵਿਰਸਾ, ਕਿੱਥੇ ਤੱਕ ਸਾਡੀ ਜਿਹੜੀ ਸਾਡੀ ਸਰਕਾਰ ਏ ਖਾਲਸਾ ਦੀ ਧਰਤੀ, ਸਾਡੀ ਹੋਂਦ, ਜਿਹਨੂੰ ਛੱਡ ਕੇ ਅਸੀਂ ਵਿੱਚ ਵਿਚਾਲੇ ਤੁਰੇ ਫਿਰਦੇ ਹਾਂ। ਅਤੇ ਬਿਨਾਂ ਘਰ ਤੋਂ ਤਾਂ ਜਿਵੇਂ ਮੈਂ ਪਹਿਲਾਂ ਆਖਿਆ ਕਿ ਠੋਕਰਾਂ ਹੀ ਨੇ, ਬਿਨਾਂ ਘਰ ਤੋਂ ਤਾਂ ਕੁਝ ਵੀ ਨਹੀਂ ਹੈ। ਅਤੇ ਅਸੀਂ ਸੁਹਿਰਦ ਨਹੀਂ ਹੋਏ, ਅਸੀਂ ਸਿਰਫ ਅਤੇ ਸਿਰਫ ਗੁਲਾਮੀ ਨੂੰ ਹੀ ਚੁਣਿਆ। ਅਤੇ ਜਦੋਂ ਭਾਰਤ ਦੇ ਵਿੱਚ ਕੱਟੜਪੰਥੀ ਕਿਸੇ ਮੁਸਲਮਾਨ ਦੇ ਨਾਂ ਦੇ ਉੱਤੇ ਜਦੋਂ ਸ਼ਹਿਰ ਆ ਉਹਨਾਂ ਦੇ ਨਾਮ ਬਦਲ ਰਹੇ ਨੇ, ਜਦੋਂ ਭਾਰਤ ਦੇ ਵਿੱਚ ਅਜਿਹੇ ਫਰਮਾਨ ਹੋ ਰਹੇ ਨੇ ਮੁਸਲਮਾਨਾਂ ਦੇ ਖਿਲਾਫ, ਜਦੋਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਜਿੱਥੇ ਮੁਸਲਮਾਨਾਂ ਨੂੰ ਫੜ ਫੜ ਕੇ ਸਾੜ ਦਿੱਤਾ ਜਾਂਦਾ ਹੈ, ਕੱਟੜਪੰਥੀ ਹਿੰਦੂ ਤਵਾ ਵੱਲੋਂ ਨਾਅਰੇ ਲਾਏ ਜਾਂਦੇ ਨੇ ਕਿ ਤੁਸੀਂ ਮੁਲਕ ਛੱਡ ਕੇ ਬਾਹਰ ਜਾਓ, ਜਿੱਥੇ ਕਾਨੂੰਨ ਜਿਹੜੇ ਭਾਰਤ ਦੇ ਵਿੱਚ ਇਹੋ ਜਿਹੇ ਲਿਆਂਦੇ ਜਾਂਦੇ ਨੇ ਕਿ ਮੁਸਲਮਾਨ ਜਿਹੜੇ ਨੇ ਉਹਨਾਂ ਨੂੰ ਆਪਣੀ ਆਈਡੈਂਟੀ ਦਿਖਾਲਣੀ ਪਊਗੀ, ਸ਼ੈਲਟਰ ਬਣਾਏ ਜਾ ਰਹੇ ਆ ਮੁਸਲਮਾਨਾਂ ਦੇ ਖਿਲਾਫ, ਉੱਥੇ ਪਾਕਿਸਤਾਨ ਦੇ ਵਿੱਚ ਵੀ ਅਜਿਹੇ ਬਥੇਰੇ ਸਿਰਫਿਰੇ ਨੇ ਜਿਹੜੇ ਫਿਰ, ਕਿਉਂ ਪਾਕਿਸਤਾਨ ਦੇ ਵਿੱਚ ਤਾਂ ਜੋ ਕੁਝ ਵੀ ਹੈ ਸਿੱਖਾਂ ਦਾ ਹੀ ਆ, ਉਹ ਸਾਡਾ ਪੰਜਾਬ ਹੀ ਆ, ਸਾਡੀ ਸਰਕਾਰ ਖਾਲਸਾ ਦੀ ਧਰਤੀ ਆ, ਤੇ ਫਿਰ ਉੱਥੋਂ ਫਿਰ ਅਸੀਂ ਕਿਵੇਂ ਇਹ ਆਸ ਰੱਖ ਸਕਦੇ ਹਾਂ। ਉੱਥੇ ਤਾਂ ਜਦੋਂ ਵੀ ਹਿੰਦੁਸਤਾਨੀ ਹੁੱਲੜਬਾਜ਼ੀ, ਹਿੰਦੁੱਤਵਵਾਦੀ ਹੁੱਲੜਬਾਜ਼ੀ ਦੀ ਭੇਟ ਚੜ੍ਹਨਗੇ ਤਾਂ ਸਿੱਖ ਹੀ ਚੜ੍ਹਨਗੇ। ਸੋ ਅਸੀਂ ਵਿੱਚ ਵਿਚਾਲੇ ਫਸੇ ਹੋਏ ਹਾਂ। ਅਤੇ ਜੇ ਅਸੀਂ ਅੱਜ ਵੀ ਸੋਚ ਲਈਏ, ਅੱਜ ਵੀ ਅਸੀਂ ਸਾਡੀ ਜਿਹੜੀ ਕੌਮ ਦੀ ਨੌਜਵਾਨੀ ਆ, ਜੇਕਰ ਅੱਜ ਅਸੀਂ ਇਕਮੁੱਠ ਹੋ ਕੇ ਸੋਚੀਏ ਕਿ ਸਾਡਾ ਇੱਕੋ ਇੱਕ ਹੱਲ ਆ ਉਹ ਹੈ ਆਜ਼ਾਦੀ, ਸਾਡਾ ਕਿਸੇ ਮਸਲੇ ਦੇ ਨਾਲ, ਕਿਸੇ ਵਿਵਾਦ ਦੇ ਨਾਲ, ਕਿਸੇ ਇਹਨਾਂ ਜੋ ਵੀ ਫੈਲਾਏ ਜਾਂਦੇ ਆ ਸਰਕਾਰੀ ਮਸ਼ੀਨਰੀ ਦੇ ਤਹਿਤ ਹੁੰਦਾ, ਕਿ ਸਿੱਖਾਂ ਨੂੰ ਬੜਾ ਘੇਰਾ ਪਾਇਆ ਜਾ ਰਿਹਾ, ਅਸੀਂ ਉਹਨਾਂ ਸਭ ਕਾਸੇ ਚੋਂ ਨਿਕਲ ਕੇ ਇੱਕ ਗੱਲ ਸੋਚ ਲਈਏ ਕਿ ਆਜ਼ਾਦੀ ਹੀ ਹੱਲ ਆ, ਉਹਦੇ ਲਈ ਸਹਾਰ ਦਿੱਤਾ ਲਈਏ। ਇਹ ਕਹਿਣ ਦੇ ਨਾਲ ਆਜ਼ਾਦੀ ਨਹੀਂ ਆਉਣੀ। ਮੈਂ ਇੱਕ ਕੱਲ੍ਹ ਪੋਸਟ ਲਿਖ ਕੇ ਪਾਈ ਸੀ
ਕਿ ਅਸੀਂ ਇਹ ਰੌਲਾ ਪਾਈ ਜਾਈਏ, ਖੋਰੂ ਪਾਈ ਜਾਈਏ, ਮੇਰੇ ਵਰਗਾ ਬੈਠਾ ਬੋਲੀ ਜਾਵੇ, ਇਵੇਂ ਆਜ਼ਾਦੀ ਨਹੀਂ ਆਉਣੀ। ਸਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਇੱਕ ਮੁੱਠ ਹੋਣ ਦੀ ਲੋੜ ਆ, ਇੱਕ ਜੁੱਟ ਹੋਣ ਦੀ ਲੋੜ ਆ। ਇਸ ਸੋਚ ਦੇ ਉੱਤੇ ਸਾਨੂੰ ਧਾਰਨੀ ਹੋਣਾ ਪੈਣਾ ਕਿ ਅੱਜ ਅਸੀਂ ਗੁਲਾਮ ਆ। ਜੇਕਰ ਅਸੀਂ ਆਸ ਰੱਖੀਏ ਸਾਡੇ ਨਾਲ ਕੋਈ ਖੜ ਜਾਊਗਾ, ਨਹੀਂ, ਉਦੋਂ ਤੱਕ ਕੋਈ ਨਹੀਂ ਖੜਨਾ ਜਦੋਂ ਤੱਕ ਤੁਸੀਂ ਇੱਕਜੁੱਟ ਹੋ ਕੇ ਦੁਨੀਆਂ ਦੇ ਸਾਹਮਣੇ ਨਹੀਂ ਆਉਂਦੇ, ਤੁਸੀਂ ਦੁਨੀਆਂ ਨੂੰ ਦੱਸਦੇ ਨਹੀਂ ਕਿ ਹਾਂ ਅਸੀਂ ਆਜ਼ਾਦੀ ਲੈਣੀ ਆ। ਅਸੀਂ ਭਾਰਤ ਦੇ ਅੰਦਰ ਗੁਲਾਮ ਆ। ਅੱਜ ਭਾਰਤ ਦੇ ਅੰਦਰ ਜਿਹੜੀ ਹੈ ਇੱਟਾਂ ਰੋਣੇ ਵਾਲੀ, ਮੈਨੂੰ ਕਿਸੇ ਨੇ ਮੈਸੇਜ ਭੇਜਿਆ, ਕੋਈ ਭਾਰਤ ਪੱਖੀ ਵਿਅਕਤੀ ਆ, ਕਿ ਹੁਣ ਇੱਟਾਂ ਰੋੜੇ ਵੱਜ ਰਹੇ ਆ ਨਨਕਾਣਾ ਸਾਹਿਬ, ਕੀ ਬੋਲੋਗੇ? ਤਾਂ ਮੈਂ ਕਿਹਾ ਵੀ ਭਾਰਤ ਦੇ ਅੰਦਰ, ਪੂਰੇ ਮੁਲਕ ਦੇ ਅੰਦਰ ਸਾਡੇ ਗੁਰੂ ਘਰ ਜਿਹੜੇ ਨੇ ਉਹ ਫੂਕੇ ਗਏ, ਢਾਏ ਗਏ, ਇੱਟਾਂ ਰੋੜੇ ਤੁਸੀਂ ਸਾਡੀਆਂ ਧੀਆਂ ਭੈਣਾਂ ਦੀਆਂ ਜਿੱਤਾਂ ਲੁੱਟੀਆਂ। ਤੇ ਖੈਰ ਇਹੋ ਜਿਹਾ ਭਾਰਤ ਦੇ ਅੰਦਰ ਬੜੀ ਵੱਡੀ ਗਿਣਤੀ ਚ ਸਿਰ ਫਿਰੇ ਨੇ, ਤੇ ਪਾਕਿਸਤਾਨ ਦੇ ਵਿੱਚ ਵੀ ਕਿਤੇ ਸਾਲ ਦੇ ਵਿੱਚ ਇੱਕ ਅੱਧੀ ਖਬਰ ਅਜਿਹੀ ਆ ਜਾਂਦੀ ਆ, ਪਰ ਉੱਥੋਂ ਇਸ ਗੱਲ ਦੀ ਸੰਤੁਸ਼ਟੀ ਹੁੰਦੀ ਆ ਕਿ ਜੇਕਰ ਇਹੋ ਜਿਹੀ ਖਬਰ ਹੁੰਦੀ ਆ ਤਾਂ ਉਹਦੇ ਉੱਤੇ ਕਾਰਵਾਈ ਜ਼ਰੂਰ ਉੱਥੋਂ ਦੀ ਗੌਰਮੈਂਟ ਜਿਹੜੀ ਆ ਉਹ ਜ਼ਰੂਰ ਕਰ ਲੈਂਦੀ ਆ। ਤੇ ਜਿੱਥੇ ਭਾਰਤ ਦੇ ਵਿੱਚ ਸਾਡੇ ਨਾਲ ਜਦੋਂ ਧੱਕਾ ਆਉਂਦਾ ਖੜਦਾ ਕੋਈ ਨਹੀਂ, ਤੇ ਪਾਕਿਸਤਾਨ ਦੇ ਵਿੱਚ ਸਾਡੇ ਨਾਲ ਖੜਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਕਿਤੇ ਵੱਧ ਹੁੰਦੀ ਆ। ਜਿੱਥੇ ਭਾਰਤ ਨੇ ਇਹ ਜ਼ੋਰ ਲਾਇਆ ਹੋਇਆ ਕਿ ਸਿੱਖਾਂ ਨੂੰ ਜਿਹੜਾ ਆ ਉਹ ਮੁਸਲਮਾਨਾਂ ਦੇ ਖਿਲਾਫ ਕੀਤਾ ਜਾਵੇ, ਇਹਨਾਂ ਦੇ ਅੰਦਰ ਨਫ਼ਰਤ ਭਰੀ ਜਾਵੇ, ਪਾਕਿਸਤਾਨ ਦੇ ਖਿਲਾਫ ਨਫ਼ਰਤ ਭਰੀ ਜਾਵੇ, ਕਿਉਂ ਸਾਡਾ ਤਾਂ ਉਹ ਉੱਥੇ ਸਾਡੀ ਸਰਕਾਰ ਖਾਲਸਾ ਦੀ ਵਿਰਾਸਤ, ਜਾਂ ਸਾਡਾ ਨਨਕਾਣਾ, ਸਾਡਾ ਕਰਤਾਰਪੁਰ ਸਾਹਿਬ, ਜਾਂ ਸਾਡੇ ਉੱਥੇ ਗੁਰੂ ਨਾਨਕ ਦੀ ਧਰਤੀ ਆ, ਸਾਡਾ ਮੋਹ ਉਸ ਧਰਤੀ ਦੇ ਨਾਲ ਬੜਾ ਆ। ਪਰ ਭਾਰਤ ਵੱਲੋਂ ਇਹ ਕਾਰਵਾਈਆਂ ਲਗਾਤਾਰ ਹੁੰਦੀਆਂ ਕਿ ਜਿਹੜੇ ਸਿੱਖ ਨੇ ਇਹ ਮੁਸਲਮਾਨਾਂ ਦੇ ਖਿਲਾਫ ਜਿਹੜੇ ਆ ਉਹ ਜ਼ਰੂਰ ਹੋ ਜਾਣ, ਅਤੇ ਹਿੰਦੂ ਤਵੀਆਂ ਦਾ ਸਾਥ ਦੇਣ, ਜਿਹੋ ਜਿਹਾ ਕੋਈ ਕਰਮ ਉਹ ਕਰ ਰਹੇ ਨੇ। ਸੋ ਮੈਂ ਇਸ ਵੀਡੀਓ ਨੂੰ, ਜੋ ਵੀ ਉੱਥੋਂ ਪਾਕਿਸਤਾਨ ਤੋਂ ਇਹ ਹਰਕਤ ਆਈ ਆ, ਮੈਂ ਤਾਂ ਇਹੀ ਲੈਂਦਾ ਵੀ ਕੱਟੜਪੰਥੀਆਂ ਜਿਹੜੇ ਨਫ਼ਰਤ ਦੇ ਪੁਜਾਰੀਆਂ ਦੇ ਵਿਚਾਲੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ, ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਇਹ ਗੁਰੂ ਨਾਨਕ ਦੇ ਸਿੱਖ ਪਿਸ ਰਹੇ ਨੇ। ਜਦੋਂ ਤੱਕ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ, ਸਾਡੇ ਨਾਲ ਇਹੀ ਕੁਝ ਹੋਵੇਗਾ। ਬੇਸ਼ੱਕ ਉਹ ਦੁਨੀਆਂ ਦੇ ਅਸੀਂ ਕਿਸੇ ਵੀ ਮੁਲਕ ਵਿੱਚ ਰਹਿੰਦੇ ਹੋਈਏ, ਬੇਸ਼ੱਕ ਸਾਡੇ ਦਸਤਾਰ ਦੇ ਮਸਲੇ ਫਰਾਂਸ ਵਿੱਚ ਹੋਣ, ਜਾਂ ਬੇਸ਼ੱਕ ਸਾਡੇ ਕਿਤੇ ਨਸਲੀ ਘਾਤ ਹਮਲੇ ਸਿੱਖਾਂ ਦੇ ਉੱਤੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਏ ਹੋਣ, ਸਾਡੇ ਨਾਲ ਕੋਈ ਸਟੇਟ ਨਹੀਂ ਆ, ਸਾਡੇ ਨਾਲ ਕੋਈ ਮੁਲਕ ਨਹੀਂ ਆ। ਜਦੋਂ ਜਿਨ੍ਹਾਂ ਦਾ ਮੁਲਕ ਹੁੰਦਾ ਆ ਤੂਤੀ ਉਹਨਾਂ ਦੀ ਬੋਲਦੀ ਹੁੰਦੀ ਆ। ਜਿੱਦਣ ਸਿੱਖਾਂ ਦਾ ਮੁਲਕ ਹੋਇਆ ਉਸ ਦਿਨ ਦੁਨੀਆਂ ਦੇ ਵਿੱਚ ਕੋਈ ਵੀ ਕਿਸੇ ਸਿੱਖ ਦੇ ਉੱਪਰ, ਸਿੱਖ ਦੇ ਵੱਲ ਨੂੰ ਉਂਗਲ ਨਹੀਂ ਕਰ ਸਕੇਗਾ। ਇਹ ਰਾਜ ਦੇ ਕ੍ਰਿਸ਼ਮੇ ਹੁੰਦੇ ਨੇ, ਇਹ ਰਾਜ ਦੀ ਪਾਵਰ ਹੁੰਦੀ ਆ, ਅਤੇ ਸਿੱਖ ਜਿਹੜੇ ਅੱਜ ਬਿਨਾਂ ਰਾਜ ਤੋਂ ਅੱਜ ਦੁਨੀਆਂ ਦੇ ਇੱਕ ਚਮਕਦੇ ਹੋਏ ਸਿਤਾਰੇ ਨੇ। ਜਿੱਥੇ ਭਾਰਤ ਉਸ ਸਿੱਖਾਂ ਦੀ ਇਸ ਜਿਹੜੀ ਇੱਕ ਵਿੜੱਪਣ ਆ ਉਹਨੂੰ ਬਦਲ ਕੇ ਹਿੰਦੂ ਰੰਗ ਰੰਗਣਾ ਚਾਹੁੰਦਾ ਕਿ ਇਹ ਹਿੰਦੂਆਂ ਦਾ ਹੀ ਅੰਗ ਨੇ, ਉੱਥੇ ਭਾਰਤੀ ਹਕੂਮਤ ਜਿਹੜੀ ਆ ਉਹਦਾ ਇਹ ਵੀ ਜ਼ੋਰ ਆ ਕਿ ਜਿਹੜੇ ਸਿੱਖ ਬਾਹਰੋਂ ਵੱਖਰੀ ਗੱਲ ਕਰਦੇ ਨੇ, ਆਪਣੀ ਅਲੱਗ ਹੋਣ ਦੀ ਗੱਲ ਕਰਦੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅੱਤਵਾਦੀ ਘੋਸ਼ਿਤ ਕੀਤਾ ਜਾਵੇ। ਸੋ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਵੀ ਹੋਈਆਂ, ਅਸੀਂ ਤਾਂ ਇਹ ਵੀ ਸਮਝਦੇ ਹਾਂ ਕਿ ਇਹਨਾਂ ਦੇ ਪਿੱਛੇ ਹੋ ਸਕਦਾ ਭਾਰਤੀਆਂ ਦੇ ਹੱਥ ਵੀ ਹੋਣ, ਕਿਉਂ ਜੋ ਸਿਸਟਮ ਭਾਰਤ ਦੇ ਅੰਦਰ ਚੱਲ ਰਿਹਾ ਉਹ ਬਹੁਤ ਹੀ ਗੰਦਾ ਆ। ਸੋ ਅਸੀਂ ਨਨਕਾਣਾ ਸਾਹਿਬ ਵਿੱਚ ਹੋਈ ਇਸ ਘਟਨਾ ਨੂੰ ਨਿੰਦਦੇ ਹਾਂ, ਅਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਹੋਈ ਵੀ ਆ। ਅਤੇ ਪਰ ਮੈਂ ਕਹਿੰਦਾ ਵੀ ਇਹ ਹਿੰਦੂਤਵਾ ਕੱਟੜਪੰਥੀ ਜਾਂ ਮੁਸਲਮਾਨਾਂ ਦੇ ਕੱਟੜਪੰਥੀ ਦੇ ਵਿਚਾਲੇ
ਅਸੀਂ ਨਾ ਪਿਸੀਏ ਜਦੋਂ ਤੱਕ ਸਾਡਾ ਸਾਨੂੰ ਰਾਜ ਨਹੀਂ ਮਿਲ ਜਾਂਦਾ, ਉਦੋਂ ਤੱਕ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ। ਆਪਣੇ ਰਾਜ ਦੇ ਲਈ ਇੱਕਜੁੱਟ ਹੋਈਏ, ਇੱਕਮੁੱਠ ਹੋਈਏ। ਸਾਡਾ ਹੱਲ ਸਿਰਫ ਆਜ਼ਾਦੀ ਆ। ਧੰਨਵਾਦ ਗੁਰੂ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ, ਮਹਾਰਾਜ ਕਿਰਪਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖਣਾ, ਸ਼ੇਅਰ ਜ਼ਰੂਰ ਕਰਨਾ ਜੀ। ਧੰਨਵਾਦ ਜੀ।